प्यारे बच्चो सत श्री अकाल बच्चो आज ਆਪਾਂ ਜਮਾਤ 3 ਵਿਸ਼ਾ ਗਣਿਤ ਅਧਿਆਏ ਛੇ ਆਕ੍ਰਿਤਿਆ ਮਿਸ਼ਨ ਛਤ ਪ੍ਰਤੀਸ਼ਤ ਦੇ ਤਹਿਤ ਪੰਨਾ ਨੰਬਰ 148 ਦਿੱਤੇ ਖੇਤਰ ਨੂੰ ਦਿਖਾਏ ਅਨੁਸਾਰ ਟਾਇਲਾ ਨਾਟਕੋ ਅਤੇ ਰੰਗ ਭਰੋ बच्चो ਆਪਾਂ ਨੂੰ ਜਿਹੜਾ ਵੀ ਖੇਤਰ ਦਿੱਤਾ ਵਾ ਤੇ ਆਪਾਂ ਨੂੰ ਦਿੱਤੀ ਹੋਊਗੀ ਟਾਇਲ ਉਸ ਦੇ ਨਾਲ ਆਪਾਂ ਖੇਤਰ ਨੂੰ ਟਕਣਾ ਅਤੇ ਉਹਦੇ ਵਿੱਚ ਟਾਈਲਾਂ 'ਚ ਰੰਗ ਭਰਨਾ ਚਲੋ ਬੱਚਿਓ ਆਪਾਂ ਸ਼ੁਰੂ ਕਰਦੇ ਹਾਂ ਬੱਚਿਓ ਬੱਚਿਓ ਆਪਾਂ ਇਹ ਡਿਜ਼ਾਈਨ ਦੀ ਟਾਈਲ ਪਈ ਆ ਦਿੱਤਾ ਹੋਇਆ ਜਿਹੜਾ ਖੇਤਰ ਆ ਇਹ ਸਾਰੇ ਨੂੰ ਆਪਾਂ ਟਕਣਾ ਵਾਂ ਇਸ ਸਟਾਈਲ ਦੇ ਨਾਲ ਚਲੋ ਕਰਦੇ ਆਪਾਂ ਸ਼ੁਰੂ ਬੱਚਿਓ ਇਸ ਤਰ੍ਹਾਂ ਬੱਚਿਓ ਆਪਾਂ ਉਸ ਤਰ੍ਹਾਂ ਦੇ ਟਾਇਲਾਂ ਦੇ ਨਾਲ ਦਿੱਤਾ ਹੈ ਜਿਹੜਾ ਖੇਤਰ ਸੀ ਆਪਾਂ ਸਾਰੇ ਨੂੰ ਟਕ ਲਿਆ ਬੱਚਿਓ ਤੁਸੀਂ ਵੀ ਇਸ ਤਰ੍ਹਾਂ ਹੀ ਟਾਇਲਾਂ ਬਣਾ ਕੇ ਵੱਖਰੇ ਵੱਖਰੇ ਏਰੀਏ ਨੂੰ ਤੁਸੀਂ ਟਕਣਾ ਹੈ ਬੱਚਿਓ ਹੁਣ ਆਪਾਂ ਦਿੱਤੇ ਹੋਏ ਖੇਤਰ ਨੂੰ ਆਪਣੇ ਕੋਲ ਟਾਇਲ ਦਿੱਤੀ ਹੋਈ ਆ ਇਹ ਸਰਕਾਰ ਦੀ ਟਾਇਲ ਦੇ ਨਾਲ ਟਕਣਾ ਹੈ ਜਿਵੇਂ ਆ ਦੇਖੋ ਆਪਾਂ ਇਸ ਤਰ੍ਹਾਂ ਦੇ ਬੱਚਿਓ ਤੁਸੀਂ ਵੀ ਟਾਇਲਾ ਬਣਾਉਣੀਆਂ ਨੇ ਟਾਇਲਾ ਬਣਾ ਕੇ ਇਹ ਤੋਂ ਕੋਨ ਕਰ ਜਿਆ ਟਾਇਲਾ ਨੇ ਤੇ ਇਸ ਨੂੰ ਤੁਸੀਂ ਰੰਗ ਕਰ ਦੇਣਾ ਵਾ ਰੰਗ ਕਰਕੇ ਤਾਂ ਤੁਸੀਂ ਫਿਰ ਵੱਖਰਾ ਵੱਖਰਾ ਬੱਚਿਓ ਡਿਜ਼ਾਈਨ ਬਣਾ ਸਕਦੇ ਹੋ ਬੱਚਿਓ ਇਸ ਤਰ੍ਹਾਂ ਬੱਚਿਓ ਆਪਣੇ ਕੋਲੇ ਇਹ ਤਕੌਣ ਕਰਦੇ ਜਿਹੜੇ ਟਾਈਲਾਂ ਨੇ ਉਹਦਾ ਆਪਣਾ ਕੋਲੇ ਇੱਕ ਫਰਸ਼ ਦੇ ਉੱਤੇ ਜਿਵੇਂ ਡਿਜ਼ਾਈਨ ਬਣਿਆ ਹੁੰਦਾ ਵਾ ਆਪਣੇ ਕੋਲੇ ਵੀ ਉਸ ਤਰ੍ਹਾਂ ਦਾ ਇੱਕ ਡਿਜ਼ਾਈਨ ਬੱਚਿਓ ਇਹ ਬਣ ਗਿਆ ਵਾ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਕਰਦੇ ਵਿੱਚ ਸਾਰੇ ਸਾਰੇ ਬੱਚੇ ਨੇ ਬੱਚਿਓ ਬੱਚਿਓ ਅੱਜ ਤਾਂ ਐਮਸੀਕਿਊ ਆਪਣਾ ਆਪਣੇ ਕੋਲੇ ਡਿਜ਼ਾਈਨ ਬਣਿਆ ਹੋਇਆ ਦੇਖੋ ਤੁਸੀਂ ਦੱਸਣਾ ਵਾ ਬੱਚਿਓ ਦੱਸੋ ਇਹ ਡਿਜ਼ਾਈਨ ਕਿਹੜੀ ਟਾਈਲ ਤੋਂ ਬਣਿਆ ਹੋਇਆ ਵਾ ਇਹ ਡਿਜ਼ਾਈਨ ਬਣਿਆ ਹੋਇਆ ਵਾ ਆਪਾਂ ਨੂੰ ਥੱਲੇ 4 ਕਿਸਮ ਦੀਆਂ ਟਾਈਲਾਂ ਦਿੱਤੀਆਂ ਹੋਈਆਂ ਨੇ ਤੁਸੀਂ ਦੱਸਣਾ ਵਾ ਕਿਹੜੀ ਟਾਈਲ ਤੋਂ ਇਹ ਡਿਜ਼ਾਈਨ ਬਣਿਆ ਹੋਇਆ ਦੇਖੋ ਇਹ ਵਰਗ ਆ ਇਹ ਆਇਤਾ ਬੱਚਿਓ ਇਹ ਛੇਪੁਜਾ ਆਪਣੇ ਕੋਲੇ ਸੱਤਾਂ ਆਪਸ਼ਨ ਜਿਹੜਾ ਵਾ ਇਹ ਦੇਖੋ ਡਿਜ਼ਾਈਨ ਬਿਲਕੁਲ ਇਸੇ ਤਰ੍ਹਾਂ ਦੀ ਟਾਈਲ ਤੋਂ ਇਹ ਡਿਜ਼ਾਈਨ ਬਣਿਆ ਹੋਇਆ ਵਾ ਆਪਸ਼ਨ ਜਿਹੜਾ ਆਪਣਾ ਸੱਸਾ ਹੈ ਇਹ ਠੀਕ ਆ ਤੇ ਆਪਾਂ ਟਿਕ ਮਾਰ ਕਰ ਦਾਂਗੇ ਬੱਚਿਓ ਅੱਜ ਲਈ ਬੱਚਿਓ ਇੰਨਾ ਹੀ ਹੁਣ ਤੁਹਾਡਾ ਘਰ ਦਾ ਕੰਮ ਕੀ ਬੱਚਿਓ ਆ ਪੈਂਸੀ ਕੋ ਕਰਾਇਆ ਰ ਇਹਨੂੰ ਤੁਸੀਂ ਕਾਪੀਆਂ ਦੇ ਉੱਤੇ ਸਾਫ਼-ਸਾਫ਼ ਲਿਖਣਾ ਅਤੇ ਦੀ ਤਿਆਰੀ ਕਰਨੀ ਆ ਤੇ ਜਿਹੜੀਆਂ ਆਪਾਂ ਟਾਈਲਾਂ ਬਣਾ ਕੇ ਰੰਗ ਭਰੇ ਨੇ ਤੇ ਦਿੱਤੇ ਖੇਤਰ ਨੂੰ ਢਕਿਆ ਵਾ ਬੱਚਿਓ ਤੁਸੀਂ ਉਹ ਟਾਈਲਾਂ ਬਣਾਉਣੀਆਂ ਨੇ ਤਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾਉਣੇ ਆ ਧੰਨਵਾਦ